वो कहती है आके मैं पेट्रोल पंप खोलूंगा, बहुत खुशी। ज्यादा आ गए इन्होंने, सानू कोई गल सच नहीं दसी हैगी भी आ वापर गया भाणा। ये सानू कहिंदे गुरविंदर दी उधर मेरे दूजे बेटे कन्नी जाके इन्हां नूं दस्या, इन्हां नूं ठाले उधरों कूकां पैंदियां आईयां। सानू फिर पता लग्गिया जी फिर साडियां इक दूजे च टक्करां वज्जियां, सानू कोई वरियाउण वाला वी नहीं हैगा उरे। भी मैं डैडी नूं काम नहीं करन देना, मैं वध तो वध चाहे मैं डबल शिफ्टां लावां जो मर्जी करां, मैं डैडी नूं इधरों पैसे भेजूंगा। भी डैडी ने उत्थे काम नहीं करना, डैडी दे पहली सट वजी हुई है, बस ओह यही गल कहिंदा सीगा। पंजाब दे विच नौजवान अपना भविख बनाने दे लई जिहड़ा विदेशां दे वल कूच करदे ने, जिस तों बाद परिवार दे विच जिहड़ी अजिही खबर आउंदी है कि उन्हां दी जिहड़ी बच्चे दी मौत आ उह हार्ट अटैक दे नाल हो जांदी है। क्योंकि पटियाला जिले दी गल कीती जावे जिहड़ा अनेकां ही नौजवान जिहड़े ने उह इस हार्ट अटैक दा जिहड़े ने शिकार हो रहे ने। असीं पटियाला जिले दे पिंड विच खड़े हां जिथे कि एक नौजवान गुरविंदर सिंह है जिहदी कि कनेडा दे विच हार्ट अटैक दे नाल जिहड़ी है उह मौत हो चुकी है। परिवारिक ਮੈਂਬਰਾਂ ਦੇ ਨਾਲ ਗੱਲਬਾਤ ਕਰਾਂਗੇ। ਪਰਿਵਾਰ ਦੇ ਵਿੱਚ ਅੱਜ ਸੋਗ ਦੀ ਜਿਹੜੀ ਲਹਿਰ ਹੈ, ਪਿੰਡ ਵਾਸੀਆਂ ਦੇ ਵਿੱਚ ਸੋਗ ਦੀ ਲਹਿਰ ਹੈ, ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਵੀ ਜਿਹੜਾ ਨੌਜਵਾਨ ਆ ਉਹ ਕਿਹੜੇ ਸੰਨ ਦੇ ਵਿੱਚ ਗਿਆ ਸੀ ਅਤੇ ਕਿਹੜੇ ਬੇਸ ਦੇ ਉੱਪਰ ਗਿਆ ਸੀ, ਅਸੀਂ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਉਹ ਤਸਵੀਰ ਦਿਖਾ ਦਈਏ ਨੌਜਵਾਨ ਦੀ, ਕਿਉਂਕਿ ਛੋਟੀ ਉਮਰ ਹੈ ਨੌਜਵਾਨ ਦੀ, ਜਿਹੜਾ ਕਿ ਆਪਣਾ ਭਵਿੱਖ ਬਣਾਉਣ ਦੇ ਲਈ ਕਨੇਡਾ ਦੀ ਧਰਤੀ ਦੇ ਵਿੱਚ ਗਿਆ ਸੀ ਅਤੇ ਸੋਚਿਆ ਸੀ ਕਿ ਮੈਂ ਪੜ੍ਹ ਲਿਖ ਕੇ ਕਨੇਡਾ ਦੇ ਵਿੱਚ ਚੰਗਾ ਜਿਹੜਾ ਬਿਜ਼ਨਸ ਕਰਾਂਗੇ ਅਤੇ ਪਰਿਵਾਰ ਨੂੰ ਵੀ ਉੱਥੇ ਲੈ ਜਾਊਂਗਾ ਅਤੇ ਨਾਲ ਹੀ ਅੱਛਾ ਆਪਣਾ ਨਾਮ ਜਿਹੜਾ ਰੋਸ਼ਨ ਕਰੂੰਗਾ। ਪਰ ਅਜਿਹੀ ਖਬਰ ਸੁਣਨ ਤੋਂ ਬਾਅਦ ਪਰਿਵਾਰ ਦੇ ਵਿੱਚ ਜਿਹੜੇ ਕਿਤੇ ਨਾ ਕਿਤੇ ਜਿਹੜਾ ਗਮੀ ਦਾ ਮਾਹੌਲ ਹੈ, ਸੋ ਅਸੀਂ ਗੱਲਬਾਤ ਕਰਦੇ ਹਾਂ। ਮਾਤਾ ਜੀ ਕੀ ਹੋਇਆ ਸੀ ਬੇਟੇ ਨੂੰ? ਹਾਰਟ ਅਟੈਕ ਕਰਨ ਨੂੰ। ਅੱਛਾ, ਕਦੋਂ ਕਦੋਂ ਗਿਆ, ਕਦੋਂ ਸੀ, ਕਿਹੜੇ ਕਿਹੜੇ ਸੰਨ ਦੇ ਵਿੱਚ, ਕਿੱਥੇ ਗਿਆ ਸੀ ਉਹ? ਮੌਂਟਰੀਅਲ ਹੀ ਗਿਆ ਸੀ। ਕਦੋਂ ਤੁਹਾਡੀ ਗੱਲ ਪਹਿਲਾਂ ਗੱਲ ਕਦੋਂ ਹੋਈ ਸੀ ਤੁਹਾਡੀ? ਇੱਕ ਦਿਨ ਪਹਿਲਾਂ ਹੋਈ ਸੀ। ਕੀ ਗੱਲ ਹੋਈ ਸੀ ਤੁਹਾਡੀ? ਬਸ ਹੱਸਦੇ ਨੇ ਗੱਲ ਕਰੀਏ ਜੀ, ਘੰਟਾ ਗੱਲ ਕਰਦਾ ਰਹੇ, ਵਧੀਆ ਹੱਸਦੇ ਨੇ ਗੱਲ ਕਰੀਏ। ਤੇ ਫਿਰ ਲਾਸਟ ਜਦੋਂ ਫੋਨ ਤੇ ਕੀ ਗੱਲਬਾਤ ਹੋਈ ਹੈ, ਵੀ ਕੀ ਕਿਹਾ ਤੇ ਸੁਨੇਹਾ ਕੀ ਆਇਆ ਸੀ ਉੱਥੋਂ? ਮੈਨੂੰ ਕੁਛ ਨਹੀਂ ਸੋਚਦਾ। ਜਿਹੜਾ ਪਰਿਵਾਰ ਦੀ ਗੱਲ ਕੀਤੀ ਹੈ ਤਾਂ ਉਹਨਾਂ ਦੇ ਪਿਤਾ ਜੀ ਨਾਲ ਗੱਲਬਾਤ ਕਰ, ਕੀ ਨਾਮ ਸੀ ਬੱਚੇ ਦਾ, ਕਿਹੜੀ ਜਗ੍ਹਾ 'ਤੇ ਗਿਆ ਸੀ ਅਤੇ ਕਿੰਨਾ ਸਮਾਂ ਹੋ ਗਿਆ ਤੇ? ਗੁਰਵਿੰਦਰ ਸਿੰਘ ਸੀ ਮੇਰਾ ਬੇਟਾ ਜੀ, ਇੱਕ ਸਾਲ ਹੀ ਪਹਿਲਾਂ ਗਿਆ ਸੀਗਾ ਕਨੇਡਾ ਦੀ ਧਰਤੀ 'ਤੇ ਅਤੇ ਪੜ੍ਹਨ ਲਿਖਣ ਵਾਸਤੇ। ਆੜ੍ਹਤੀ ਤੋਂ 20-22 ਲੱਖ ਰੁਪਈਆ ਕਰਜ਼ਾ ਚੱਕ ਕੇ ਭੇਜਿਆ ਸੀਗਾ ਜੀ। ਮੈਂ ਵੀ ਆਪਣੀ ਇੱਕ ਲੱਤ ਤੋਂ ਜਾਣੀ ਕਿ ਪਾਹਜ ਹਾਂ ਜੀ, ਬਹੁਤ ਔਖਾ ਜਾਣੀ ਕਿ ਆਪਦਾ ਚਲਾ ਰਹੇ ਸੀਗੇ ਜੀ ਆਪਦਾ ਇੱਥੇ ਸਰਕਲ, ਅਤੇ ਬਾਹਰ ਜਾ ਕੇ ਜੀ ਅਚਾਨਕ ਬੱਚੇ ਨੂੰ ਚੰਗਾ ਰੋਟੀ ਪਾਣੀ ਖਾ ਕੇ ਗਿਆ ਜੀ ਪੈਟਰੋਲ ਪੰਪ 'ਤੇ, ਉੱਥੇ ਤੇਲ ਪਵਾਇਆ ਜੀ, ਤੇਲ ਪਵਾ ਕੇ ਇੱਕਦਮ ਹੀ ਅਟੈਕ ਆ ਗਿਆ ਜੀ, ਉਲਟੀ ਆਈ ਆ ਜੀ ਉਹਨੂੰ ਖੂਨ ਦੀ, ਮੁੜ ਕੇ ਨਹੀਂ ਸੰਭਲਿਆ ਜੀ। ਅਤੇ ਉਸ ਤੋਂ ਬਾਅਦ ਤੁਹਾਨੂੂੰ ਪਤਾ ਕਿਵੇਂ ਲੱਗਿਆ ਵੀ ਹਾਂ ਬੱਚਿਆਂ ਨੂੰ ਜਿਹੜਾ ਅਟੈਕ ਹੋਇਆ, ਕਿਸੇ ਨੇ ਫੋਨ ਕੀਤਾ ਉੱਥੇ, ਕਿਵੇਂ ਜਾਣਕਾਰੀ ਮਿਲੀ? ਨਾਲ ਦੇ ਮੁੰਡੇ ਸੀਗੇ ਜੀ, ਉਹਨਾਂ ਨੂੰ ਖਬਰ ਮਿਲੀ ਆ ਜੀ, ਫਿਰ ਉਹਨਾਂ ਨੇ ਸਾਨੂੰ ਫੋਨ ਕਰੇ ਜੀ ਰਾਤ ਨੂੰ। ਇਹ ਰਾਤ ਦਾ ਇੱਥੇ ਆਪਣੇ 8:45-9 ਵਜੇ ਦਾ ਟਾਈਮ ਸੀਗਾ ਜੀ, ਉੱਥੇ ਸਵੇਰ ਦਾ ਟਾਈਮ ਸੀ ਜਦੋਂ ਇਹ ਪਾਣਾ ਵਾਪਰਿਆ ਜੀ। ਕੀ ਲੱਗਦਾ ਸੀ, ਕੀ ਸੋਚ ਕੇ ਗਿਆ ਸੀ ਨੌਜਵਾਨ ਜਦੋਂ ਤੁਸੀਂ ਉਹਨੂੰ ਭੇਜਿਆ ਸੀ, ਤਾਂ ਕੀ ਕਹਿ ਕੇ ਗਿਆ ਸੀ ਮੈਂ ਪਾਪਾ ਕੀ ਕਰੂੰਗਾ, ਮੈਂ ਕੋਈ ਦੁਆ ਕੁਛ ਕਹਿ ਕੇ ਗਿਆ ਸੀ, ਕੋਈ ਖੁਆਇਸ਼ਾਂ ਲੈ ਕੇ ਗਿਆ ਸੀ? ਮੈਂ ਜੀ ਉਹਦੀਆਂ ਬਹੁਤ ਕਹਿੰਦੀ ਆ ਕੇ ਮੈਂ ਪੈਟਰੋਲ ਪੰਪ ਖੋਲੂੰਗਾ, ਬਹੁਤ ਖੁਸ਼ੀ। ਸੋ ਬਿਲਕੁਲ ਜਿਸ ਤਰ੍ਹਾਂ ਨੌਜਵਾਨਾਂ ਦੀ ਗੱਲ ਕੀਤੀ ਜਾਵੇ, ਕਿਉਂਕਿ ਨੌਜਵਾਨ ਜਿਹੜੇ ਨੇ ਉਹ ਵਿਦੇਸ਼ਾਂ ਦੇ ਵੱਲ ਕੂਚ ਕਰ ਰਹੇ ਨੇ, ਪਰ ਪਰਿਵਾਰ ਦੀ ਗੱਲ ਕੀਤੀ ਜਾਵੇ, ਪਰਿਵਾਰ ਦੇ ਵਿੱਚ ਅਜਿਹੀਆਂ ਖਬਰਾਂ ਆ ਰਹੀਆਂ ਨੇ ਕਿ ਅਮਰੀਕਾ ਕਨੇਡਾ ਦੀ ਗੱਲ ਕੀਤੀ ਜਾਵੇ ਤਾਂ ਨੌਜਵਾਨ ਜਿਹੜੇ ਨੇ ਉਹ ਕਿਤੇ ਨਾ ਕਿਤੇ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਨੇ। ਸੋ ਅਸੀਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਕਿਉਂਕਿ ਉਹਨਾਂ ਦਾ ਤੁਹਾਡੀ ਕਦੋਂ ਗੱਲ ਹੋਈ ਸੀ? ਸਾਡੀ ਜੀ ਖੰਡ ਪਾਠ ਪ੍ਰਕਾਸ਼ ਤੇ ਉਰੇ ਸ਼ਹੀਦਾਂ ਦੀਆਂ ਸਮਾਧਾਂ ਨੇ, ਉੱਥੇ ਅਸੀਂ ਸੇਵਾ ਕਰ ਰਹੇ ਤੇ ਉੱਥੇ ਮੇਰੀ ਨੂੰਹ ਲਵੇ ਕੌਲ ਆਈ ਹੈ, ਕੌਲ ਇੱਕ ਦੂਜੀ ਕੌਲ ਜਿਵੇਂ ਇਕੱਠੀ ਹੁੰਦੀ ਆ ਨਾਨਕਿਆਂ ਨਾਲ, ਲਾਰਖੀ ਦੀ ਮਾਮੇ ਦੇ ਬੇਟੇ ਨਾਲ, ਉੱਧਰੋਂ ਇਹਦੇ 'ਤੇ ਆ ਰਹੀ ਸੀ। ਉੱਥੇ ਸਾਨੂੰ ਰੇਂਜ ਨਹੀਂ ਆਈ, ਰੇਂਜ ਨਹੀਂ ਆਈ, ਇਹ ਮੈਂ ਇੱਧਰ ਭੇਜਤੀ ਆ ਇਸ ਕੋਠੀ 'ਚ ਵੀ ਜਾ ਕੇ ਗੱਲ ਕਰ, ਫੋਨ ਆ ਰਿਹਾ ਬਾਹਰੋਂ। ਜਦ ਇਹ ਉਰੇ ਆਈ ਜੀ,
ਇਹਦੀ ਰੇਂਜ ਪਤਾ ਨਹੀਂ ਰੇਂਜ ਨਹੀਂ ਬਣੀ ਪਤਾ ਨਹੀਂ ਕੀ ਨਹੀਂ ਹੋਇਆ ਜਾਂਦੀ ਇਹਦੀ ਗੱਲ ਹੋਈ ਨਹੀਂ ਬੇਟੇ ਨਾਲ ਬਸ ਉਦੋਂ ਬਾਅਦ ਜੀ ਫਿਰ ਮੈਂ ਇਹ ਬੇਟਾ ਬਾਹਰ ਸਮਾਣੇ ਗਿਆ ਹੋਇਆ ਤੀ ਹਨੇਰੇ ਆਈ ਉਰੇ ਮੈਂ ਭਾਂਡਾ ਠੀਕਰ ਸਾਂਭ ਕੇ ਜਦ ਹਨੇਰੇ ਆਈ ਫਿਰ ਸਾਨੂੰ ਇਹ ਗੱਡੀਆਂ ਭਰ ਕੇ 1 ਵਜੇ ਆ ਗਈਆਂ ਨਾਨਕਿਆਂ ਤੋਂ ਅਤੇ ਭੈਣ ਕੋਲੋਂ ਭੈਣ ਭਣੋਈ ਆ ਇਹਦੇ ਪੋਤੇ ਦੇ ਮੇਰੇ ਦੇ ਜਿਹੜੀ ਬੇਟੀ ਉੱਧਰੋਂ ਆਈ ਹੈ ਉਹ ਜਵਾਈ ਉਹਦੀ ਸੱਸ ਅਤੇ ਉਹਦਾ ਪ੍ਰਾਹੁਣੇ ਦਾ ਭਰਾ ਇਹ ਚਾਰੇ ਆ ਗਏ ਜਦ ਆ ਗਏ ਇਹਨਾਂ ਨੇ ਸਾਨੂੰ ਕੋਈ ਗੱਲ ਸੱਚ ਨਹੀਂ ਦੱਸੀ ਹੈਗੀ ਵੀ ਆਹ ਵਾਪਰ ਗਿਆ ਭਾਣਾ ਇਹ ਸਾਨੂੰ ਕਹਿੰਦੇ ਗੁਰਵਿੰਦਰ ਦੀ ਕੋਈ ਜਣਦੀ ਵੀ ਕੋਈ ਉਹਨੂੰ ਤਕਲੀਫ ਹੋ ਗਈ ਉਹਨੂੰ ਐਂਬੂਲੈਂਸ ਲੈ ਗਈ ਮੁੰਡੇ ਨਾਲ ਗਏ ਨੇ ਉਹ ਮੂਹਰੇ ਹਸਪਤਾਲ ਦੇ ਬੈਠੇ ਨੇ ਉਹ ਤੁਹਾਨੂੰ ਹੁਣ ਵਾਪਸ ਕਾਲ ਕਰਨਗੇ ਮੁੰਡੇ ਅਸੀਂ ਕਾਲ ਉਡੀਕੀ ਗਏ ਹੁਣ ਵੀ ਆਹੀ ਅਰਦਾਸਾਂ ਕਰੀ ਗਏ ਵੀ ਹੇ ਸੱਚੇ ਪਾਤਸ਼ਾਹ ਅਸੀਂ ਖੰਡ ਪਾਠ ਕਰਾਵਾਂਗੇ ਸਾਡੇ ਬੱਚੇ ਨੂੰ ਕੁਛ ਨਾ ਹੋਵੇ ਸਾਡੇ ਬੱਚੇ ਦਾ ਚੰਗਾ ਫੋਨ ਆਵੇ ਹੁਣ ਸਾਰੀ ਰਾਤ ਅਸੀਂ ਉਡੀਕਦੇ ਰਹੇ ਜਿੱਥੋਂ ਫਿਰ ਬਾਬਾ ਬੋਲਿਆ ਗੁਰਦੁਆਰਾ ਸਾਹਿਬ ਕਰਹਾਲੀ ਸਾਹਿਬ ਉਦੋਂ ਫਿਰ ਇਹ ਉੱਧਰ ਮੇਰੇ ਦੂਜੇ ਬੇਟੇ ਕੰਨੀ ਜਾ ਕੇ ਇਹਨਾਂ ਨੂੰ ਦੱਸਿਆ ਇਹਨਾਂ ਨੂੰ ਠਾਲਿਆ ਉੱਧਰੋਂ ਕੂਕਾਂ ਪੈਂਦੀਆਂ ਜਾਂ ਸਾਨੂੰ ਫਿਰ ਪਤਾ ਲੱਗਿਆ ਜੀ ਫਿਰ ਸਾਡੀਆਂ ਇੱਕ ਦੂਜੇ 'ਚ ਟੱਕਰਾਂ ਵੱਜੀਆਂ ਸਾਨੂੰ ਕੋਈ ਵਰਿਆਉਣ ਵਾਲਾ ਵੀ ਨਹੀਂ ਤੀ ਹੈਗਾ ਉਰੇ ਆਹ ਸਾਨੂੰ ਇੰਨੀ ਕੁ ਗੱਲ ਦਾ ਪਤਾ ਜੀ ਮੇਰਾ ਪੁੱਤ ਦੇਖੋ ਲੱਤ ਤੋਂ ਵਾਜਾ ਹੈ ਇਹਦੀ ਬੁਢੇਪੇ ਦੀ ਡੰਗੋਰੀ ਦੀ ਉਹ ਬੱਚਾ ਹੁਣ ਇਹਦੀ ਵੀ ਜ਼ਿੰਦਗੀ ਖਰਾਬ ਹੈ ਸਾਡਾ ਵੀ ਬੁਢੇਪਾ ਖਰਾਬ ਹੈ ਅਸੀਂ ਕੀ ਕਰਾਂਗੇ ਬਾਜੀ ਕੋਈ ਗੱਲਬਾਤ ਹੋਈ ਆ ਤੁਹਾਡੇ ਨਾਲ ਡੈੱਡ ਬੋਡੀ ਲੈ ਕੇ ਆਉਣ ਵਾਸਤੇ ਕਿਉਂਕਿ ਜਿਸ ਤਰ੍ਹਾਂ ਗੱਲ ਕੀਤੀ ਆ ਤੁਸੀਂ ਮੁੰਡੇ ਦੇ ਨੌਜਵਾਨ ਦੀ ਜਿਹੜੀ ਡੈੱਥ ਹੋਈ ਆ ਕੋਈ ਪਰਿਵਾਰ ਜਾਂ ਉੱਥੇ ਕਿ ਕਿਸੇ ਨਾਲ ਰਿਸ਼ਤੇਦਾਰ ਦੇ ਨਾਲ ਕੋਈ ਸਰਕਾਰਾਂ ਦੇ ਨਾਲ ਹਾਂ ਜੀ ਗੱਲ ਹੋਈ ਆ ਜੀ $36,000 ਕਹਿੰਦੇ ਨੇ ਉਹ ਵੀ ਭਰੋ ਫਿਰ ਭੇਜਾਂਗੇ ਇੱਧਰ ਪਰਿਵਾਰ ਦੀ ਗੱਲ ਕੀਤੀ ਪਰਿਵਾਰ ਜਿਹੜਾ ਨੌਜਵਾਨ ਗੁਰਵਿੰਦਰ ਸਿੰਘ ਉਹਨਾਂ ਦੀ ਜਿਹੜੀ ਭੈਣ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਮੈਨੂੰ ਸਰ ਕਾਲ ਆਈ ਆ 7 ਅਕਤੂਬਰ ਨੂੰ ਸਵੇਰੇ ਅਤੇ ਉਸ ਟਾਈਮ ਮੇਰੇ ਨਾਲ ਐਨ ਹੱਸ ਕੇ ਗੱਲਾਂ ਕਰ ਰਿਹਾ ਸੀ ਉੱਧਰ ਮੀਂਹ ਪੈਂਦਾ ਸੀ ਅਤੇ ਮੈਨੂੰ ਕਹਿੰਦਾ ਵੀ ਭੈਣ ਅੱਜ ਅਸੀਂ ਸਾਰੇ ਇਕੱਠੇ ਹੋ ਰਹੇ ਹਾਂ ਮੁੰਡੇ ਵੀ ਹੁਣ ਅਸੀਂ ਰੋਟੀ ਖਾਣ ਲੱਗਾਂਗੇ ਵੀ ਟਰੱਕਾਂ ਵਾਲੇ ਮੁੰਡੇ ਅਸੀਂ ਮਸਾਂ ਇਕੱਠੇ ਹੋਏ ਹਾਂ ਬਸ ਥੋੜ੍ਹਾ ਟਾਈਮ ਮੇਰੇ ਨਾਲ ਗੱਲ ਕੀਤੀ ਮੇਰੇ ਹਸਬੈਂਡ ਨਾਲ ਗੱਲ ਕੀਤੀ ਮੇਰੀ ਸੱਸ ਨਾਲ ਗੱਲ ਕੀਤੀ ਉਸ ਤੋਂ ਬਾਅਦ ਨਹੀਂ ਉਹਦੀ ਕਾਲ ਆਈ ਫਿਰ ਸਾਨੂੰ ਸਿੱਧਾ ਰਾਤ ਨੂੰ ਕਾਲ ਆਈ ਸੀਗੀ ਉਹਦੀ ਰਾਤ ਨੂੰ ਉੱਥੋਂ ਉਹਦੇ ਫਰੈਂਡਾਂ ਨੇ ਫੋਨ ਕੀਤਾ ਸਾਡਾ ਨੈੱਟ ਔਫ ਸੀਗਾ ਫਿਰ ਮੰਮੀ ਦੀ ਕਾਲ ਆਈ ਕਹਿੰਦੇ ਵੀ ਗੁਰਵਿੰਦਰ ਨੂੰ ਕੁਛ ਹੋ ਗਿਆ ਤੁਸੀਂ ਫੋਨ ਕਰਕੇ ਪਤਾ ਕਰੋ ਫਿਰ ਜਦੋਂ ਅਸੀਂ ਉਹਨਾਂ ਨੂੰ ਫੋਨ ਕੀਤਾ ਫਿਰ ਮੁੰਡਿਆਂ ਨੇ ਮੇਰੇ ਹਸਬੈਂਡ ਨੂੰ ਦੱਸਿਆ ਵੀ ਐਵੇਂ ਕਰਕੇ ਕੁਛ ਹੋ ਗਿਆ ਉਦੋਂ ਸਾਨੂੰ ਮੈਨੂੰ ਕੁਛ ਨਹੀਂ ਦੱਸਿਆ ਮੈਨੂੰ ਕਹਿੰਦੇ ਵੀ ਉਹ ਬਿਮਾਰ ਹੋਇਆ ਇੱਥੇ ਘਰ ਆ ਕੇ ਸਾਨੂੰ ਸਾਰਾ ਕੁਛ ਪਤਾ ਲੱਗਿਆ ਸੀ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਨੇ ਕਿਉਂਕਿ ਜਿਸ ਤਰ੍ਹਾਂ ਤੁਹਾਡੇ ਫਾਦਰ ਸਾਹਿਬ ਨੇ ਦੱਸਿਆ ਕਿ ਅਸੀਂ ਕਰਜ਼ਾ ਲੈ ਕੇ ਜਿਹੜਾ ਬੱਚੇ ਨੂੰ ਭੇਜਿਆ ਸੀ ਸ਼ਾਇਦ ਮੇਰੇ ਬੱਚੇ ਦਾ ਜਿਹੜਾ ਚੰਗਾ ਭਵਿੱਖ ਬਣੂਗਾ ਅਤੇ ਉਸ ਤੋਂ ਬਾਅਦ ਅਸੀਂ ਜਿਹੜਾ ਪਰਿਵਾਰ ਆ ਉਹ ਸੁਖੀ ਰਵਾਂਗੇ ਚੰਗਾ ਜਿਹੜਾ ਜੀਵਨ ਬਤੀਤ ਕਰਾਂਗੇ ਅਤੇ ਸਰਕਾਰਾਂ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਹੁਣ ਤਾਂ ਕਰਜ਼ਾ ਵੀ ਸਿਰ 'ਤੇ ਚੜ ਗਿਆ ਅਤੇ ਉਹ ਨੌਜਵਾਨ ਵੀ ਦੇ ਰਿਹਾ ਹੁਣ ਜਿਵੇਂ ਮੇਰੇ ਪਾਪਾ ਅਪਾਹਿਜ ਨੇ ਮੈਂ ਸਰਕਾਰ ਨੂੰ ਇਹੀ ਕਹੂੰਗੀ ਕਿ ਮੇਰੇ ਵੀਰੇ ਦੀ ਡੈੱਡ ਬੋਡੀ ਛੇਤੀ ਤੋਂ ਛੇਤੀ ਇੱਧਰ ਮੰਗਵਾਈ ਜਾਵੇ ਕਿਉਂਕਿ ਅਸੀਂ ਪਹਿਲਾਂ ਵੀ ਕਰਜ਼ਾ ਚੱਕ ਕੇ ਜਿਹੜੇ ਪ੍ਰਾਈਵੇਟ ਕਾਲਜ 'ਚ ਭੇਜਿਆ ਸੀ ਉੱਥੋਂ ਸਾਨੂੰ ਫੀਸ ਵਾਪਸ ਨਹੀਂ ਮਿਲੀ ਹੈਗੀ ਜਿਹਦੇ ਕਰਕੇ ਸਾਨੂੰ ਹੋਰ ਪੈਸੇ ਭੇਜਣੇ ਪਏ ਅਤੇ ਅਸੀਂ ਹੋਰ ਕਰਜ਼ਾਈ ਹੋ ਗਏ ਸੋ ਅਸੀਂ ਆਹੀ ਅਪੀਲ ਕਰਦੇ ਹਾਂ ਵੀ ਸਾਡੀ ਵੱਧ ਤੋਂ ਵੱਧ ਮਦਦ ਕਰੀ ਜਾਵੇ ਤੁਹਾਨੂੰ ਲੱਗਦਾ ਨਾ ਜਿਸ ਤਰ੍ਹਾਂ ਤੁਸੀਂ ਗੱਲ ਕਹਿ ਰਹੇ ਹੋ ਕਿਉਂਕਿ ਅਸੀਂ ਬਹੁਤ ਜਿਹੜੀਆਂ ਖਬਰਾਂ ਦੇਖੀਆਂ ਨੇ ਪੰਜਾਬ ਦੇ ਮੁੰਡੇ ਬਹੁਤ ਮਾਰ ਰਹੇ ਨੇ ਜ਼ਿਆਦਾਤਰ ਤੁਹਾਨੂੰ ਲੱਗਦਾ ਨਾ ਕਿਤੇ ਨਾ ਕਿਤੇ ਸਟ੍ਰੈਸ ਵੀ ਬਹੁਤ ਹੈ ਕਿਉਂਕਿ ਉਹਦਾ ਪਰਿਵਾਰ ਜਿਹੜਾ ਕਰਜ਼ਾ ਲੈ ਕੇ ਬੱਚੇ ਨੂੰ ਤੋਰਦਾ ਤਾਂ ਉਸ ਤੋਂ ਬਾਅਦ ਬੱਚੇ 'ਤੇ ਵੀ ਜਿਹੜਾ ਇੱਕ ਬੋਝ ਬਣ ਜਾਂਦਾ ਤਾਂ ਵੀ ਅਸੀਂ ਜਿਹੜਾ ਪਰਿਵਾਰ ਨੂੰ ਵੀ ਕੁਛ ਪੈਸੇ ਦੇਣੇ ਨੇ ਪਰ ਉੱਧਰ ਇੰਨੀ ਕਮਾਈ ਨਹੀਂ ਹੁੰਦੀ ਕਿ ਅੱਧੇ 'ਤੇ ਵੀ ਇੱਦਾਂ ਦਾ ਕੋਈ ਬੋਝ ਸੀ ਕਦੇ ਗੱਲਬਾਤ ਕਰੀ ਉਹਨਾਂ ਨੇ ਕਦੇ ਬਸ ਉਹ ਇਹੀ ਗੱਲ ਕਹਿੰਦਾ ਹੁੰਦਾ ਸੀ ਵੀ ਮੈਂ ਡੈਡੀ ਨੂੰ ਕੰਮ ਨਹੀਂ ਕਰਨ ਦੇਣਾ ਮੈਂ ਵੱਧ ਤੋਂ ਵੱਧ ਚਾਹੇ ਮੈਂ ਡਬਲ ਸ਼ਿਫਟਾਂ ਲਾਵਾਂ ਜੋ ਮਰਜ਼ੀ ਕਰਾਂ ਮੈਂ ਡੈਡੀ ਨੂੰ ਇੱਧਰੋਂ ਪੈਸੇ ਭੇਜੂੰਗਾ ਵੀ ਡੈਡੀ ਨੇ ਉੱਥੇ ਕੰਮ ਨਹੀਂ ਕਰਨਾ ਡੈਡੀ ਦੇ ਪਹਿਲੀ 7 ਵਜੀ ਹੋਈ ਆ ਬਸ ਉਹ ਇਹੀ ਗੱਲ ਕਹਿੰਦਾ ਸੀਗਾ
जिस तरह परिवारिक मैंबरां दी गल कीती जावे, परिवारिक जिहड़े मैंबर ने उह लगातार गुरजाश कर रहे सरकारां तों कि जिहड़ी डेड बॉडी आ उह उन्हां दे घर जद्दी पिंड विच जिहड़ा लियांदी जावे तां जो उन्हां दी लास्ट वाली अंतिम देह दा संस्कार आ उह खुद कर सकन। सो असीं गल्लबात जिहड़ा परिवारिक मैंबरां ने कर रहे, भाई जी तुसीं जिहड़ा प्रोसैस तोर रहे हो किहड़ी किहड़ी जगह किहनूं किहनूं मिल के आए हो इहदी डेड बॉडी वास्ते जिहड़ा परिवार दे विच लियांदी जावे? असीं दो तीन संस्था कोल गए हां जी, चलो नाम तां नहीं ठीक लगदा लैणा, पर उन्होंने कोई साडा सुनवाई कोई किसी तरह की नहीं की हैगी सी। तो उस तो बाद महाराणी प्रनीत कौर जी के जोड़े डाकूमेंट्स ने दे के आए हैं, तो सानू उन्होंने भरोसा दवाया भी अभी कोई ना कोई कार्रवाई कर रहे हैं, भी कुछ ना कुछ अभी थोड़े बॉडी लियाने बारे पूरा करा, तो अभी उस उम्मीद पर बैठे हैं जी। जिस तरह लगातार आप खबर देख रहे हैं समाणे की, जरा एक होर नौजवान की भी गोलियां मार के जरा कतल करता गया, इधर पंजाब के बहुत केस आ रहे हैं जोड़े नौजवान ने वह हार्ट अटैक का शिकार हो रहे हैं, कि इस नौजवान के उपर कोई स्ट्रैस थी? क्योंकि जिस तरह परिवार वाले ने दसिया भी असी जमीन बेची है, करजा लिया, आड़ती के पैसे भी देने ने, उस तो बाद परिवार के जो फादर की गल की वो आप भी खुद पाइज ने, कि उन्होंने दिमाग में कोई बोझ सी, कभी गलबात हुई है कोई? देखो गलबात जो परिवार ना होंदी है, वैसे हम बच्चा तो रोंदा तो है नहीं, उत्थे जाके जो चला गया इतों जमीन बेची चाहे करजा चक्या किसी तरह का है ना जी, तो उत्थे चला गया साडा तो सारा घर लग गया उत्थे जाके, हुण उहने जे असीं उह दुखी होऊगा असीं भी इत्थे दुखी होवांगे, इसलिए उह दसदे तां कुछ है नहीं, पर उन्होंने मजबूरिया ना शिफ्टां तां लाउणियां पैंदियां ने, ना नींद आवे ना सौया जावे ना खाणा पीणा कोई इहो जिहा उधर दा वी वधिया है कोई पंजाब वर्गा, तो इस तरीके नाल कुछ पता नहीं लगता, अचानक ही एक मिनट जी हो जाता है भाणा जो वरत्या। बिलकुल सरकार कुछ नहीं कर दी जी किसी जोगा, असीं आप अपने पैसे ला के भेजने तो जी, असीं कोई छोटा मोटा कारोबार भी तोरदे आ चार चार पैसे किसी नूं इनकम सोर्स हो रही है, तां भी सरकारां सानूं इह जां टैक्स दे छापे मारदियां ने जां किसे तरां दा होर तंग परेशान ही करदियां ने जो कोई कारोबार चलाउंदा इत्थे, इस तरह मतलब इत्थे इस लई जनरेशन जिहड़ी नवीं है सारी बाहर जा रही है, वी इत्थे कुछ करना ही नहीं चाहुंदे, वी सरकारां तंग करदियां ने। सवाल है की मैसेज देना चाहते हैं, क्योंकि जो परिवार के इस टाइम जो माहौल है गमी का माहौल है, पिंड वास्ते भी जो इस गमी के माहौल दुख शरीक पहुँच रहे हैं, तो सरकार की कहना चाहते जो जो संस्थावां ने बहुत एन जी ओ ने जी जी साड़ी जी यही अपील है सरकार संस्थावां जो जे घटना वापरती है किसी नाल सारे पंजाब जी वैसे तो हो रहा सारे इंडिया जी, तो इनू जल्दी तो जल्दी इस तरह सानू लियाउण दा पूरा इन्हां दा प्रबंध करना चाहीदा, जो सानू भी उरे थोड़ा बहुत साथ मिल सके सरकारां दा ते संस्था दा। करजे दी गल कीती आ, भाई करजा बहुत है, पंजाब दे मुख्यमंत्री कहिंदे ने, क्योंकि तुसीं वी जिहड़ा किसान दे परिवार दे नाल संबंध रखदे हो, खुद भी किसान ने, करजा बहुत है, करजे नूं लै के कोई भगवंत मान सरकार नूं कुछ कहना चाहुंदे? क्योंकि एक पासे जिहड़ा गल कीती आवे तुहाडा मुंडा वी जिहड़ा नौजवान आ उह इस दुनिया तों चला गया, करजे नूं लै के की कहना चाहुंदे सरकार नूं? करजे नूं लै के यही है जी, हुण खेतीबाड़ी कर रहे हैं 30-35 किले खेती कर रहे हैं जी कल्ला, ते बच्चा बाहर भेजे आड़ती तो लैके पैसे बैंकों तो लैके पैसे, ते हुण ओह करजा खेती का ता भी नहीं पूरा होंदा, फसलां अहियां रहियां स्प्रे आ गईआं, फसलां नहीं पूरियां हुंदियां गईआं, फसलां नाल भी पूरी साडी पूरी भरपाई हो रही। ते ठेके दी गल कीती आ, भाई सरकार नूं कहणा चाहुंदा वी करजे दी माफ़ी नूं लै के कोई मैसेज? बिलकुल करजा जो किसानां ने चक्या होया सारा माफ़ होना चाहीदा, वो कोई शौक नूं तां चक्या नहीं हैगा, जां तां फसल दा नुकसान हो गया जां मींह च हो गया जां किसे लोट हो गया पानी आ गया, इस बार पानी बहुत वार है 2-3 जीरी लगी है, तो फसल सरकारां नूं साडा साथ देना चाहिए किसानां दा, करजा माफ होना चाहिए। बिल्कुल जिस तरह परिवारक की गल की जाए, परिवार ने कहा कि जो नौजवान है गुरविंदर सिंह वो अपना चंगा भविख बनाने लिए जरा कनेडा की धरती के उपर गया, पर जो परिवार के अजि खबर आती है तो सारे जरा परिवार आ दुख के शरीक हो जाते हैं, तो सरकार ने अपील की है कि डेड बॉडी जी उन्होंने घर लिया जाए तो अंतिम संस्कार कर सकन, तो जरा क्या कि करजा जरा उन्होंने सिर पर चढ़ा तो सरकार जरा उसको माफ करे तो जो अपना जीवन जरा बतीत कर सकन। पटियाला तो कैमरामैन कृष्ण के नाल अमरजीत सिंह की विशेष रिपोर्ट।